ਮੈਂ ਸੁਣਦਾ 29 ਤਰੀਕ ਨੂੰ ਚੈੱਕ ਆਉਂਦਾ ਫੈਡਰਲ ਦਾ, ਉਹ 9 ਸਿੱਧੇ ਪੈਸੇ ਆਪਣੇ ਅਕਾਊਂਟ 'ਚ ਕਰਾਉਂਦੀ ਆ। ਬਜ਼ੁਰਗ ਨੂੰ ਪਤਾ ਨਹੀਂ, ਡਿਕਸ ਗੁਰਦੁਆਰੇ ਉਹ ਕਹਿੰਦਾ 6 ਮਹੀਨੇ ਹੋ ਗਏ ਮੇਰੀ ਪੈਨਸ਼ਨ ਨਹੀਂ ਆਈ, ਤਾਂ ਪੈਸੇ ਤਾਂ ਉਹਦੇ ਅਕਾਊਂਟ ਚਲੇ ਜਾਂਦੇ ਸੀਗੇ। ਅਸੀਂ ਸੁਣਦੇ ਹਾਂ ਬਜ਼ੁਰਗ ਕਹਿੰਦੇ ਅਸੀਂ ਬੜੇ ਔਖੇ ਹਾਂ, ਕੋਈ ਨੂੰਹ ਪੁੱਤ ਨਾਲ ਲੱਗ ਰਹਿੰਦਾ, ਫਿਰ ਉਹ ਤੁਰ ਕੇ ਗ੍ਰੋਸਰੀ ਕਰਦੇ ਨੇ। ਸਾਊਥੇਸ਼ੀਅਨ ਸੀਨੀਅਰਸ ਨਾਲ ਕੰਮ ਕਰਦੇ ਮਾਹਿਰਾਂ ਦਾ ਮੰਨਣਾ ਹੈ ਕਿ ਅਬਿਊਜ਼ ਜਾਂ ਧੱਕੇਸ਼ਾਹੀ ਦੇ ਮਾਮਲੇ ਵਿੱਚ ਬੱਚੇ ਅਤੇ ਸੀਨੀਅਰਸ ਸਭ ਤੋਂ ਕਮਜ਼ੋਰ ਸਥਿਤੀ ਵਿੱਚ ਹੁੰਦੇ ਨੇ। ਅਗਰ ਕੈਨੇਡਾ ਵਿੱਚ ਰਹਿੰਦੇ ਸਾਊਥੇਸ਼ੀਅਨ ਸੀਨੀਅਰਸ ਨਾਲ ਹੁੰਦੀ ਅਬਿਊਜ਼ 'ਤੇ ਨਜ਼ਰ ਮਾਰੀਏ ਤਾਂ ਉਹਨਾਂ ਦੀਆਂ ਮੁਸ਼ਕਿਲਾਂ ਦੀਆਂ ਅਣਗਿਣਤ ਤਹਾਂ ਨੇ। ਬ੍ਰੈਂਪਟਨ ਵਿੱਚ ਰਹਿੰਦੇ ਉਮੇਸ਼, ਜੋ ਉਹਨਾਂ ਦਾ ਫਰਜ਼ੀ ਨਾਮ ਹੈ, ਉਹਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਪੜ੍ਹੇ ਲਿਖੇ ਨੇ, ਭਾਸ਼ਾ ਦੇ ਬੈਰੀਅਰ ਤੋਂ ਮੁਕਤ ਨੇ, ਫਿਰ ਵੀ ਨਵੇਂ ਦੇਸ਼ ਵਿੱਚ ਉਹਨਾਂ ਦੇ ਪੁੱਤਰ ਤੇ ਨਿਰਭਰਤਾ ਨੇ ਉਹਨਾਂ ਨੂੰ ਕਮਜ਼ੋਰ ਹਾਲਾਤਾਂ ਵਿੱਚ ਪਾ ਦਿੱਤਾ ਹੈ। ਦਿਮਾਗ ਪੇਪਰ ਦਾ ਪੜ ਗਿਆ, ਜਦ ਲੜਕੇ ਨੇ ਹਾਂ ਸਪੋਂਸਰ ਕੀਆ, ਹਮੇ ਭੇਜਾ ਕਿ ਆਪ ਆ ਜਾਓ, ਤਾਂ ਆ ਗਏ। ਜਬ ਕਿ ਆਉਣਾ ਨਹੀਂ ਚਾਹੀਏ ਥਾ, ਪਹਿਲੇ 3 ਵਾਰ 4 ਵਾਰ ਤੋਲਤੇ ਉਸੇ ਸੋਚਤੇ ਉਸੇ, ਫਿਰ ਆਉਣਾ ਚਾਹੀਏ ਥਾ। ਜੋ ਮੈਂ ਦੂਸਰੋ ਕੋ ਕਹਿਤਾ ਉਸਕੋ ਖੁਦ ਫਾਲੋ ਨਹੀਂ ਕੀਆ ਮੈਨੇ। ਉਮੇਸ਼ ਅਤੇ ਉਹਨਾਂ ਦੀ ਪਤਨੀ, ਜਿਨ੍ਹਾਂ ਨੂੰ ਡੈਮੈਂਸ਼ੀਆ ਅਤੇ ਆਲਜ਼ਾਈਮਰਸ ਵਰਗੀਆਂ ਸਿਹਤ ਸੰਬੰਧੀ ਮੁਸ਼ਕਿਲਾਂ ਨੇ, ਸਰਕਾਰੀ ਕਿਫਾਇਤੀ ਰਿਹਾਇਸ਼ ਵਿੱਚ ਰਹਿੰਦੇ ਨੇ। ਉਮੇਸ਼ ਮੁਤਾਬਕ ਕਾਫੀ ਸੰਘਰਸ਼ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਮੁੜ ਲੀਹ ਤੇ ਆ ਗਈ, ਪਰ ਉਹਨਾਂ ਦਾ ਬੱਚਿਆਂ ਦੀ ਮੁਹੱਬਤ ਤੋਂ ਇਤਬਾਰ ਉੱਠ ਗਿਆ। ਐਵਰੀ ਸੀਨੀਅਰ ਸ਼ੁਡ ਕੀਪ ਇਨ ਮਾਈਂਡ ਡਿਊਰਿੰਗ ਯੋਰ ਲਾਈਫ ਟਾਈਮ ਡੋਂਟ ਗਿਵ ਅਵੇ ਐਨੀਥਿੰਗ ਐਵਰੀਥਿੰਗ ਟੂ ਯੋਰ ਚਿਲਡਰਨ। Save something for yourself, keep something for yourself, and don't be cowed down by children for their own benefit. You have to be careful, you have to be vigilant. Aap mat sochiye ki aapke bachche aapko pyar karenge, aap unke liye jaan denge, aap unke liye sab kuch karenge. Don't do it. Jitna kam hoga, jitna kam laga hoga, utne sukhi honge aap. Si yaad aa jati hai, wo koi bahut zyada nahi, kabhi kabhar. ਬੇਟੇ ਕੀ ਵੀ ਬੇਟਾ ਮੇਰਾ ਯਹੀ ਹੈ ਜਾਂ ਬਾਤ ਹੈ, ਬਾਤਾਂ ਤੋਂ ਬਹੁਤ ਅੱਛੀ ਕਰਤਾ ਹੈ, ਕਭੀ ਉਗਰ ਵੀ ਹੋ ਜਾਤਾ ਹੈ, ਤੇਜ਼ ਮਿਜਾਜ ਭਾਈ ਠੀਕ ਹੈ। ਮੈਂ ਤੋ ਇਨਕੋ ਕਹਿਤੀ ਹੂੰ ਆਪ ਵੀ ਸਹਿਲੀਆ ਕਰੋ, ਮੈਂ ਸਹਿ ਲੇਤੀ ਹੂੰ ਤੁਮ ਵੀ ਸਹਿਲੀਆ ਕਰੋ। ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ CEO ਅਮਨਦੀਪ ਕੌਰ ਦਾ ਕਹਿਣਾ ਹੈ ਕਿ ਬਜ਼ੁਰਗਾਂ ਨਾਲ ਹੁੰਦੇ ਤਸ਼ੱਦਦ ਨੂੰ ਸ਼ਬਦਾਂ ਜਾਂ ਪਰਿਭਾਸ਼ਾ ਵਿੱਚ ਬੰਨਣਾ ਵੀ ਮੁਸ਼ਕਿਲ ਹੈ। ਇੰਨਾ ਜ਼ਰੂਰ ਪਤਾ ਹੁੰਦਾ ਅਬਿਊਜ਼ ਦੀ ਪਹਿਚਾਣ ਆਉਂਦੀ ਹੈ, ਜੇ ਮਾਰ ਕੁਟਾਈ ਹੋਵੇ, ਧੱਕਾ ਮੁੱਕੀ ਹੋਵੇ, ਉਹਨੂੰ ਤਾਂ ਅਬਿਊਜ਼ ਕਹਿ ਦਿੰਦੇ ਆ, ਘਰੋਂ ਕੱਢ ਦਿੱਤਾ। ਸੋ ਇੱਕ ਜਿਹੜਾ ਅਬਿਊਜ਼ ਸਾਡੇ ਸਾਹਮਣੇ ਆਉਂਦਾ ਸੀਨੀਅਰਸ ਦਾ ਸਭ ਤੋਂ ਵੱਡਾ, ਉਹ ਜਦੋਂ ਉਹਨਾਂ ਦੀ ਪੈਨਸ਼ਨ ਲੱਗਦੀ ਹੈ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਪੈਸੇ ਜਾਂਦੇ ਕਿੱਥੇ ਆ, ਕਿ ਸਾਡੇ ਉਹ ਕੰਸੈਂਟ ਫਾਰਮ 'ਤੇ ਸਾਈਨ ਕਰ ਲੈਂਦੇ ਆ ਤਾਂ ਕਿ ਬੈਂਕ ਵੀ ਨਾ ਪੁੱਛੇ, ਕੋਈ ਹੋਰ ਨਾ ਪੁੱਛੇ, ਤਾਂ ਉਹਦੇ ਨਾਲ ਉਹ ਲਿੰਕ ਹੋ ਜਾਂਦਾ। ਅਤੇ ਬਜ਼ੁਰਗਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸਾਡੀ ਉਹਨਾਂ ਨੂੰ ਇਹ ਤਾਂ ਪਤਾ ਵੀ ਬਜ਼ੁਰਗ ਹੋ ਗਏ ਆ, 10-12 ਸਾਲ ਹੋ ਗਏ ਆਇਆਂ ਨੂੰ ਪੈਨਸ਼ਨ ਆਉਂਦੀ ਹੈ, ਕਿਉਂਕਿ ਇੱਕ ਦੂਸਰੇ ਨਾਲ ਗੱਲਬਾਤ ਕਰਦੇ ਆ ਅਤੇ ਉਹ ਉਸ ਚੀਜ਼ ਨੂੰ ਉਹਨਾਂ ਤੱਕ ਪਹੁੰਚਦਾ ਨਹੀਂ। ਕਮਜ਼ੋਰ ਸਰੀਰਾਂ ਨਾਲ ਸਰੀਰਕ ਅਤੇ ਜਿਨਸੀ ਜਬਰ ਦੀਆਂ ਘਟਨਾਵਾਂ ਵੀ ਅਮਨਦੀਪ ਕੌਰ ਮੁਤਾਬਕ ਬਜ਼ੁਰਗਾਂ ਦੇ ਨਾਲ ਵਾਪਰ ਰਹੀਆਂ ਨੇ, ਜਿਨ੍ਹਾਂ ਬਾਰੇ ਉਹ ਕਦੇ ਗੱਲ ਵੀ ਨਹੀਂ ਕਰ ਸਕਦੇ। ਸਾਡੇ ਕੋਲ ਅਸੀਂ ਦੇਖ ਰਹੇ ਹਾਂ ਕਿ ਇੱਕ ਖਾਸ ਕਮਿਊਨਿਟੀ ਹੈ ਜਿੱਥੇ ਸਾਡੇ ਕੋਲ ਸੈਕਸ਼ੂਅਲ ਅਬਿਊਜ਼ ਦੇ ਕੇਸ ਬਹੁਤ ਜ਼ਿਆਦਾ ਆ ਰਹੇ, ਔਰ ਉਹ ਔਰਤਾਂ ਆਪਣਿਆਂ ਦੇ ਹੱਥੋਂ ਹੀ ਸੈਕਸ਼ੂਅਲੀ ਅਬਿਊਜ਼ ਹੋ ਰਹੇ,
ਬਚਪਨ 'ਚ ਹੋਈਆਂ ਜਾਂ ਹੋ ਰਹੀਆਂ ਨੇ ਔਰ ਉਹ ਉਹਨਾਂ ਦੇ ਆਪਣੇ ਹੀ ਨੇ। ਜਿਹੜੇ ਕਲਾਇੰਟਸ ਸਾਡੇ ਕੋਲ ਆਉਂਦੇ ਆ ਉਹ ਡਿਫਰੈਂਟ ਲੈਵਲ ਦੇ ਅਬਿਊਜ਼ ਆ, ਕਈ ਤਾਂ ਇੰਨੇ ਐਕਸਟ੍ਰੀਮ ਹੈ ਕਿ ਉਹ ਫਿਜ਼ੀਕਲ ਅਬਿਊਜ਼ 'ਚ ਹੋ ਕੇ ਜੀ ਉਹਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਆਪਾਂ ਨੂੰ ਇਹ ਆਮ ਸੁਣਨ ਨੂੰ ਮਿਲਦਾ ਕਿ ਕੀ ਹੋ ਰਿਹਾ ਸਾਡੇ ਘਰਾਂ ਦੇ, ਸਾਰਿਆਂ ਦੀ ਨਹੀਂ ਅਸੀਂ ਗੱਲ ਕਰ ਰਹੇ, ਅਸੀਂ ਸਿਰਫ ਸੀਨੀਅਰ ਅਬਿਊਜ਼ ਬਾਰੇ ਗੱਲ ਕਰ ਰਹੇ ਹਾਂ ਕਿ ਬਹੁਤ ਸਾਰੇ ਸਾਡੇ ਆਪਣੇ ਮਾਪਿਆਂ ਨੂੰ, ਆਪਣੇ ਵੱਡੇ ਵਡੇਰਿਆਂ ਨੂੰ ਉਹ ਬੜਾ ਵਧੀਆ ਵੀ ਰੱਖਦੇ ਆ ਅਤੇ ਉਹਨਾਂ ਦੀ ਇੱਜ਼ਤ ਮਾਣ ਕਰਦੇ ਆ, ਪਰ ਜਿਹੜੇ ਸੀਨੀਅਰ ਨੂੰ ਅਬਿਊਜ਼ ਕਰਦੇ ਕਈ ਵਾਰੀ ਉਹਨਾਂ ਨੂੰ ਖੁਦ ਨਹੀਂ ਪਤਾ ਹੁੰਦਾ ਕਿ ਅਸੀਂ ਇਹਨਾਂ ਨੂੰ ਅਬਿਊਜ਼ ਕਰ ਰਹੇ। ਬਜ਼ੁਰਗਾਂ ਲਈ ਸਤਿਕਾਰ ਦਾ ਜਜ਼ਬਾ ਸਾਊਥ ਏਸ਼ੀਅਨ ਪਰਿਵਾਰਾਂ ਵਿੱਚ ਇੱਕ ਵੱਡਾ ਸੰਸਕਾਰ ਹੈ, ਪਰ ਸਾਰੇ ਬਜ਼ੁਰਗਾਂ ਦੇ ਹਾਲਾਤ ਇੰਨੇ ਖੁਸ਼ਗਵਾਰ ਨਹੀਂ। ਮਾਹਿਰਾਂ ਮੁਤਾਬਿਕ ਕੰਟਰੋਲ ਦੇ ਹਾਲਾਤਾਂ ਵਿੱਚ ਜਿਉਣਾ ਬਹੁਤ ਸਾਰੇ ਸਾਊਥ ਏਸ਼ੀਅਨ ਬਜ਼ੁਰਗਾਂ ਦੀ ਜ਼ਿੰਦਗੀ ਦੀ ਇੱਕ ਆਮ ਕਹਾਣੀ ਹੈ, ਜਿਸ ਬਾਰੇ ਉਹਨਾਂ ਨੂੰ ਲੱਗਦਾ ਹੈ ਕਿ ਚੁੱਪੀ ਭਲੀ ਹੈ। ਉਹ ਆਪਸ ਦੇ ਵਿੱਚ ਆਪਣੇ ਹਾਣੀਆਂ ਨਾਲ ਫੋਨ 'ਤੇ ਗੱਲਬਾਤ ਕਰਦੇ ਆ। ਕਈ ਵਾਰੀ ਉਹ ਇੰਨਾ ਡਰੇ ਹੁੰਦੇ ਨੇ ਕਿ ਜੇ ਮੈਨੂੰ ਫੋਨ 'ਤੇ ਦੇਖ ਲਿਆ ਤਾਂ ਫਿਰ ਘਰ 'ਚ ਕਲੇਸ਼ ਪੈ ਜੂ। ਸੋ ਉਹ ਮੌਕਾ ਲੱਭਦੇ ਹੁੰਦੇ ਆ ਵੀ ਕੋਈ ਸਮਾਂ ਉਹੋ ਜਿਹਾ ਮਿਲੇ ਜਿੱਥੇ ਮੈਂ ਇੱਕ ਫੋਨ ਕਾਲ ਕਰ ਸਕਾਂ, ਆਪਣਾ ਦਿਲ ਦਾ ਬੋਝ ਹਲਕਾ ਕਰ ਸਕਾਂ। ਸੋ ਉਹ ਫਿਰ ਬਜ਼ੁਰਗ ਜਦੋਂ ਆਪਸ 'ਚ ਗੱਲ ਕਰਦੇ ਆ ਫਿਰ ਉਹ ਇਸ ਤਰ੍ਹਾਂ ਕਹਿ ਦਿੰਦੇ ਆ ਕਿ ਚੱਲ ਕੋਈ ਗੱਲ ਨਹੀਂ, ਛੱਤ ਤਾਂ ਸਿਰ 'ਤੇ ਹੈਗੀ ਹੈ, ਜਾਂ ਆਪਾਂ ਨਾ ਬੋਲਾਂਗੇ ਚੁੱਪ ਕਰ ਜਾਂਗੇ, ਚੁੱਪ ਭਲੀ ਹੁੰਦੀ ਹੈ। ਕਦੀ ਕਦਾਰ ਜਿਹੜੇ ਨੇ ਉਹ ਲੋਕ ਉਹਨਾਂ ਦਾ ਨਾਜਾਇਜ਼ ਫਾਇਦਾ ਉਠਾਉਂਦੇ ਨੇ, ਫਿਰ ਉਸ ਦੇ ਹਵਾਲੇ ਨਾਲ ਉਹਨਾਂ ਨੂੰ ਕੰਟਰੋਲ ਕਰਕੇ ਅਤੇ ਉਹਨਾਂ ਨੂੰ ਸਾਈਕੋਲੋਜੀਕਲੀ ਜ਼ਿਹਨੀ ਤੌਰ 'ਤੇ ਉਹਨਾਂ ਨੂੰ ਦਬਾ ਕੇ ਰੱਖਦੇ ਨੇ। ਔਰ ਉਹਦੇ ਕਈ ਤਰੀਕੇ ਨੇ। ਇੱਕ ਤਰੀਕਾ ਤਾਂ ਇਹ ਹੈਗਾ ਕਿ ਉਹਨਾਂ ਨੂੰ ਕਿਸੇ ਨਾਲ ਮਿਲਣ ਨਹੀਂ ਦੇਣਗੇ, ਘਰ 'ਚ ਬੰਦ ਕਰਕੇ ਰੱਖਣਗੇ, ਔਰ ਉਹਨਾਂ ਦੀ ਜਿਹੜੀ ਹੈਲਥ ਦੀ ਪ੍ਰੋਬਲਮ ਨੇ, ਕੋਈ ਉਹਨਾਂ ਨੂੰ ਬਿਮਾਰੀ ਹੈ ਤਾਂ ਡਾਕਟਰਾਂ ਕੋਲ ਨਹੀਂ ਲਿਜਾਣਗੇ। ਜੇ ਉਹਨਾਂ ਦੇ ਪੈਸੇ ਆਉਂਦੇ ਨੇ ਤਾਂ ਉਹਨਾਂ ਦਾ ਸਾਰਾ ਜਿਹੜਾ ਕੰਟਰੋਲ ਹੋਏਗਾ ਉਹ ਆਪਣੇ ਹੱਥ 'ਚ ਰੱਖਣਗੇ, ਉਹਨਾਂ ਨੂੰ ਉਹਨਾਂ ਦੇ ਪੈਸੇ ਨਹੀਂ ਦੇਣਗੇ। ਜੇ ਉਹਨਾਂ ਦੀ ਪੈਨਸ਼ਨ ਆਉਂਦੀ ਹੈ ਜਾਂ ਵੈਸੇ ਉਹਨਾਂ ਦੇ ਕੋਈ ਸੇਫ ਜੋ ਵੀ ਡਿਪੋਜ਼ਿਟ ਉਹਨਾਂ ਕੋਲ ਹੈਗਾ ਅਤੇ ਉਹ ਫਾਈਨੈਂਸ਼ੀਅਲ ਅਬਿਊਜ਼ 'ਚ ਆ ਜਾਂਦਾ। ਗੌਰਤਲਬ ਹੈ ਕਿ ਸੀਨੀਅਰਸ ਨਾਲ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਨੂੰ ਕੈਨੇਡਾ ਦੇ ਸਾਰੇ ਪੁਲਿਸ ਸਿਸਟਮਸ ਵਿੱਚ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ। ਟੋਰਾਂਟੋ ਪੁਲਿਸ ਕਾਂਸਟੇਬਲ ਆਮਿਰ ਭੱਟ ਮੁਤਾਬਿਕ ਸ਼ੋਸ਼ਣ ਨੂੰ ਪਹਿਚਾਨਣਾ ਲਾਜ਼ਮੀ ਹੈ। ਕੈਟਾਗਰਾਈਜ਼ ਅਸੀਂ ਕਰੀਏ ਜਿਸਮਾਨੀ ਤੌਰ 'ਤੇ, ਜੈਸਾ ਕਿ ਤੁਸੀਂ ਸਮਝਦੇ ਹੋ ਕਿ ਅਗਰ ਕੋਈ ਕਿਸੇ ਬਜ਼ੁਰਗਵਾਰ ਨੂੰ ਕੋਈ ਹੱਥ ਦੇ ਨਾਲ ਜਾਂ ਕਿਸੇ ਦੇ ਚੀਜ਼ ਦੇ ਨਾਲ ਮਾਰੇ ਫਿਜ਼ੀਕਲੀ, ਤਾਂ ਦੈਟ ਇਜ਼ ਐਨ ਅਬਿਊਜ਼। ਕੈਨੇਡਾ ਦੇ ਅੰਦਰ ਕ੍ਰਿਮੀਨਲ ਕੋਡ ਦੇ ਤਹਿਤ ਉਹ ਅਸੋਲਟ ਦੇ ਜ਼ੁਮਰੇ 'ਚ ਆਉਂਦਾ ਹੈ। ਔਰ ਇਹਦੇ ਕਈ ਤਰੀਕੇਕਾਰ ਨੇ, ਮਤਲਬ ਘਰਾਂ 'ਚ ਵੀ ਹੁੰਦਾ ਹੈ, ਜਿਹੜੇ ਬਜ਼ੁਰਗ ਘਰ ਰਹਿੰਦੇ ਨੇ। ਐਸੇ ਵੀ ਕੇਸਿਸ ਨੇ ਕਿ ਬਜ਼ੁਰਗਵਾਰ ਨੇ ਉਹਨਾਂ ਦੇ ਬੱਚੇ, ਉਹਨਾਂ ਦੇ ਬੱਚਿਆਂ ਦੇ ਬੱਚੇ ਵੀ ਉਹਨਾਂ ਨੂੰ ਅਬਿਊਜ਼ ਕਰਦੇ ਨੇ। ਫਿਰ ਕਈ ਵਾਰੀ ਜਦੋਂ ਬਜ਼ੁਰਗਵਾਰ ਸਾਡੇ ਜਿਹੜੇ ਨੇ ਉਹ ਨਰਸਿੰਗ ਹੋਮਸ ਜਾਂ ਸੀਨੀਅਰ ਕੇਅਰ ਹੋਮ 'ਚ ਰਹਿੰਦੇ ਨੇ, ਉੱਥੇ ਵੀ ਜਿਹੜੇ ਉੱਥੇ ਦੇ ਵਰਕਰਸ ਨੇ ਉਹ ਵੀ ਇਹੋ ਜਿਹੀ ਅਬਿਊਜ਼ ਕਰ ਸਕਦੇ। ਕਈ ਵਾਰੀ ਘਰਾਂ ਦੇ ਅੰਦਰ ਕੇਅਰ ਵਰਕਰਸ ਆਉਂਦੀਆਂ ਨੇ ਜੋ ਕਿ ਬਜ਼ੁਰਗਾਂ ਦਾ ਖਿਆਲ ਰੱਖਦੇ ਨੇ, ਔਰ ਉਹ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਨਾ ਹਰਕਤਾਂ ਕਰਦੇ ਨੇ ਬਜ਼ੁਰਗਾਂ ਦੇ ਖਿਲਾਫ। ਅਗਰ ਕਿਸੇ ਸੀਨੀਅਰ ਦੀ ਘਰ ਜਾਂ ਸੀਨੀਅਰ ਹੋਮ ਵਿੱਚ ਸਹੀ ਤਰ੍ਹਾਂ ਕੇਅਰ ਨਹੀਂ ਹੋ ਰਹੀ ਤਾਂ ਵੀ ਕਾਨੂੰਨ ਦੀ ਧਾਰਾ ਲੱਗਦੀ ਹੈ। ਕਈ ਵਾਰੀ ਉਹ ਆਪਣੇ ਆਪ ਆਪਣੇ ਲੁੱਕ ਆਫਟਰ ਨਹੀਂ ਕਰ ਸਕਦੇ, ਆਪਣਾ ਖਿਆਲ ਨਹੀਂ ਰੱਖ ਸਕਦੇ, ਈਵਨ ਕਿ ਵਾਸ਼ਰੂਮ ਨਹੀਂ ਜਾ ਸਕਦੇ, ਆਪਣੇ ਆਪ ਨੂੰ ਨਹਾ ਨਹੀਂ ਸਕਦੇ, ਧੋ ਨਹੀਂ ਸਕਦੇ, ਖਾਣਾ ਵੀ ਨਹੀਂ ਖਾ ਸਕਦੇ, ਅਤੇ ਫਿਰ ਉਹ ਜਿਹਦੀ ਕੇਅਰ 'ਚ ਹੈ ਨੇ, ਜਿਨ੍ਹਾਂ ਦੀ ਉਹਨੇ ਜ਼ਿੰਮੇਦਾਰੀ ਹੈ, ਚਾਹੇ ਉਹ ਉਹਨਾਂ ਦੇ ਬੱਚੇ ਹੋਣ ਜਾਂ ਕੇਅਰਗਿਵਰ ਹੋਏ ਜਾਂ ਨਰਸਿੰਗ ਹੋਮ 'ਚ ਕੋਈ ਨਰਸ ਹੋਵੇ, ਉਹਨਾਂ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਉਹਨਾਂ ਦਾ ਲੁੱਕ ਆਫਟਰ ਕਰਨ।
ਉਹਨਾਂ ਦਾ ਖਿਆਲ ਰੱਖਣ, ਔਰ ਉਹ ਨਹੀਂ ਕਰਨਗੇ ਤਾਂ ਫਿਰ ਨੈਗਲੈਕਟ ਦੇ ਜ਼ੁਮਰੇ 'ਚ ਆ ਜਾਂਦਾ। ਪੁਲਿਸ ਮੁਤਾਬਿਕ ਕਿਸੇ ਵੀ ਤਰ੍ਹਾਂ ਦੀ ਸਰੀਰਕ ਛੋਹ ਜਾਂ ਜੋ ਵੀ ਸੀਨੀਅਰ ਨੂੰ ਪਰੇਸ਼ਾਨ ਕਰੇ ਅਜਿਹੀ ਛੋਹ ਇੱਕ ਜੁਰਮ ਮੰਨੀ ਜਾ ਸਕਦੀ ਹੈ। ਕੋਈ ਕਿਸੇ ਨੂੰ ਜਿਸਮਾਨੀ ਤੌਰ 'ਤੇ ਹੱਥ ਨਹੀਂ ਲਾ ਸਕਦਾ, ਮਾਰ ਨਹੀਂ ਸਕਦਾ, ਕੋਈ ਕਿਸੇ ਚੀਜ਼ ਦੇ ਨਾਲ ਫੜ ਕੇ ਮਾਰੇਗਾ, ਅਤੇ ਇਹ ਸਾਰਾ ਕੁਛ ਮਾਰ ਕੁਟਾਈ ਦੇ ਜ਼ੁਮਰੇ 'ਚ ਆਉਂਦਾ, ਔਰ ਜੋ ਬੰਦਾ ਇਹ ਹਰਕਤ ਕਰਦਾ ਉਹ ਅਰੈਸਟ ਹੁੰਦਾ, ਉਹਨੂੰ ਜਿਹੜੀ ਨਾ ਹੱਥਕੜੀਆਂ ਲੱਗ ਸਕਦੀਆਂ ਨੇ। ਮਾਹਿਰਾਂ ਮੁਤਾਬਿਕ ਅਗਰ ਕੋਈ ਸੀਨੀਅਰ ਕਿਸੇ ਵੀ ਤਰ੍ਹਾਂ ਦੇ ਕੰਟਰੋਲ ਵਿੱਚ ਰਹਿ ਰਿਹਾ ਹੈ ਤਾਂ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਘਟਨਾਵਾਂ ਦੇ ਨਿਗਰਾਨ ਬਣੋ। ਜਿਹੜੀ ਬਾਕੀ ਦੀ ਕਮਿਊਨਿਟੀ ਹੈ ਜਾਂ ਬਾਕੀ ਦੇ ਜਿਹੜੇ ਖਾਨਦਾਨ ਵਾਲੇ ਹੈ, ਉਹਨਾਂ ਦੀ ਜ਼ਿੰਮੇਦਾਰੀ ਹੈ ਕਿ ਉਹ ਵੀ ਆਪਣੇ ਬਜ਼ੁਰਗਾਂ 'ਤੇ ਨਜ਼ਰ ਰੱਖਣ। ਮਿਸਾਲ ਦੇ ਤੌਰ 'ਤੇ ਇੱਕ ਘਰ ਦੇ ਅੰਦਰ ਇੱਕ ਬਜ਼ੁਰਗ ਰਹਿੰਦੇ ਹੈ, ਲੇਕਿਨ ਉਹਨਾਂ ਨੂੰ ਇਜਾਜ਼ਤ ਨਹੀਂ ਬਾਹਰ ਜਾਣ ਦੀ, ਲੋਕਾਂ ਨਾਲ ਮਿਲਣ ਦੀ, ਜਾਂ ਆਪਣੇ ਫੈਮਿਲੀ ਦੇ ਬੰਦਿਆਂ ਨੂੰ ਵੀ ਮਿਲਣ ਦੀ, ਅਤੇ ਇੱਕ ਮਤਲਬ ਰੈੱਡ ਫਲੈਗ ਹੋਣਾ ਚਾਹੀਦਾ ਕਿ ਵੀ ਕਿਉਂ ਨਹੀਂ ਮਿਲਣ ਦਿੰਦਾ ਬੰਦਾ। ਲਵੀਨ ਗਿੱਲ, ਆਮਨੀ ਨਿਊਜ਼।